ਸਤਿ ਸ਼੍ਰੀ ਅਕਾਲ ਦੋਸਤੋ, ਫਾਈਨਲੀ ਅੱਜ ਉਹ ਦਿਨ ਆ ਗਿਆ ਜਿਸ ਦਿਨ ਅਰਦਾਸ ਸਰਬੱਤ ਦਾ ਭਲੇ ਦੀ ਫਿਲਮ ਜੋ ਕਿ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨੀ ਸੀ। ਸੋ ਅੱਜ ਅਸੀਂ PVR ਪਹੁੰਚੇ ਹਾਂ ਕਿਉਂਕਿ ਇੱਥੇ ਬਹੁਤ ਹੀ ਜ਼ਿਆਦਾ ਆਡੀਅੰਸ ਫਿਲਮ ਦੇਖਣ ਆਈ ਹੋਈ ਹੈ ਅਰਦਾਸ ਸਰਬੱਤ ਦਾ ਭਲੇ ਦੀ। ਸੋ ਪਹਿਲਾਂ ਆਪਾਂ ਆਡੀਅੰਸ ਤੋਂ ਜਾਣਾਂਗੇ ਕਿ ਉਹਨਾਂ ਨੂੰ ਫਿਲਮ ਕਿਵੇਂ ਲੱਗੀ, ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਦੀ ਰਿਐਕਸ਼ਨ ਉਹਨਾਂ ਦੇ ਰਹੇ ਹੈ ਫਿਲਮ ਨੂੰ ਦੇਖ ਕੇ। ਪੂਰੀ ਮੂਵੀ ਬਹੁਤ ਵਧੀਆ, ਫੈਮਿਲੀ ਨਾਲ ਦੇਖਣ ਵਾਲੀ ਮੂਵੀ ਹੈ। ਚਲੋ ਆਪਣੇ ਪੁਰਾਣੇ ਟਾਈਮ ਤੇ ਹੁਣ ਦੇ ਟਾਈਮ ਦੀ ਜਿਹੜਾ ਪ੍ਰੋਗਰਾਮ ਚੱਲ ਰਿਹਾ ਜਿਵੇਂ ਕੋਨਸੈਪਟ ਅੱਜ ਦੇ ਟਾਈਮ ਦਾ, ਉਹ ਸਾਰੀ ਚੀਜ਼ ਨੂੰ ਲੈ ਕੇ ਇੱਕ ਸਾਥ ਚੱਲੇ ਆ ਤੇ ਸਾਰਾ ਕੁਝ ਓਵਰਕਮ ਕੀਤਾ ਹੈ ਵੀ ਅੱਜ ਦੇ ਟਾਈਮ ਚ ਕਿਵੇਂ ਆਪਾਂ ਉਸ ਚੀਜ਼ਾਂ ਨੂੰ ਆਪਣੇ ਪੇਰੈਂਟਸ ਨਾਲ ਕਿੰਨਾ ਲਗਾਵ ਹੋਣਾ ਚਾਹੀਦਾ ਹੈ। ਬਹੁਤ ਵਧੀਆ ਮੂਵੀ, ਯੈਸ ਮੈਮ, ਬਹੁਤ ਜ਼ਿਆਦਾ ਇਮੋਸ਼ਨਲ ਮੂਵੀ ਹੈ, ਬਹੁਤ ਸੋਹਣੀ ਮੂਵੀ ਹੈ ਜੀ। ਈਵਨ ਸਾਰਿਆਂ ਨੂੰ, ਸਾਰੀ ਫੈਮਿਲੀ ਨੂੰ ਦੇਖਣੀ ਚਾਹੀਦੀ ਹੈ। ਸਭ ਪੰਜਾਬ ਬਾਰੇ ਦੱਸਿਆ, ਪੰਜਾਬ ਦੇ ਘਰਾਂ ਬਾਰੇ ਦੱਸਿਆ, ਬਹੁਤ ਵਧੀਆ, ਬਹੁਤ ਸੋਹਣੀ ਮੂਵੀ ਹੈ ਮੈਮ। ਕਿਵੇਂ ਲੱਗੀ ਮੈਮ? ਬਹੁਤ ਵਧੀਆ, ਬਹੁਤ ਵਧੀਆ ਮੈਡਮ, ਬਹੁਤ। ਉਸ ਵਿੱਚ ਸਾਰਾ ਕੁਝ ਸਮਝਾਇਆ ਹੋਇਆ ਬੱਚਿਆਂ ਬਾਰੇ ਵੀ, ਕਿੱਦਾਂ ਹੈ ਮਾਂ ਬਾਪ ਦੀ ਸੇਵਾ ਕਿੱਦਾਂ ਕਰਨੀ ਹੈ, ਕਿੱਦਾਂ ਨਹੀਂ, ਸਾਰੇ। ਕਿਵੇਂ ਲੱਗੀ ਮੈਮ? ਬਹੁਤ ਵਧੀਆ ਜੀ, ਤੁਸੀਂ ਤਾਂ ਹੁਣ ਵੀ ਇਮੋਸ਼ਨਲ ਹੋ ਗਏ। ਹਾਂਜੀ, ਬਹੁਤ ਅੱਛੀ ਹੈ ਮੂਵੀ ਮੈਮ। ਅਸੀਂ ਤਾਂ ਇਹ ਸੰਦੇਸ਼ਾਂ ਦੇਵਾਂਗੇ ਕਿ ਸਾਰਾ ਪੰਜਾਬ ਵਿਦ ਫੈਮਿਲੀ ਦੇਖਣਾ ਚਾਹੀਦੀ ਹੈ। ਇੰਨੀ ਅੱਛੀ ਮੂਵੀ ਮੈਂ ਪਹਿਲੀ ਵਾਰ ਦੇਖੀ ਹੈ, ਜਾਨੀ ਕਿ ਤੁਸੀਂ ਇਮੋਸ਼ਨਲ ਵੀ ਹੈਗਾ, ਠੀਕ ਹੈ, ਤੁਸੀਂ ਦੇਖੋਗੇ ਖੁਦ ਇੰਜੋਏ ਕਰੋਗੇ ਤੁਸੀਂ, ਉਹ ਸਿੱਖਣ ਨੂੰ ਬਹੁਤ ਕੁਝ ਮਿਲਦਾ ਮੈਂ। ਵਧੀਆ, ਬਹੁਤ ਵਧੀਆ ਹੈ, ਠੀਕ ਹੈ। ਬਹੁਤ ਵਧੀਆ ਜੀ, ਇਮੋਸ਼ਨਲ ਹੈ, ਬਟ ਦੱਸਿਆ ਗਿਆ ਹੈ ਕਿ ਆਪਣੇ ਮਾਂ ਬਾਪ ਨੂੰ ਕਦੇ ਛੱਡਣਾ ਨਹੀਂ ਚਾਹੀਦਾ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ। ਸੋ ਬੱਚੇ, ਤੁਸੀਂ ਦੇਖ ਕੇ ਆਏ ਹੋ, ਤੁਹਾਨੂੰ ਕਿਵੇਂ ਲੱਗੀ ਮੂਵੀ? ਸੋਹਣੀ ਸੀਗੀ, ਸੋਹਣੀ ਸੀਗੀ। ਮੰਮੀ ਤੇ ਪਾਪਾ ਦਾ ਕਹਿਣਾ ਮੰਨੋਗੇ ਹੁਣ? ਸਰ ਤੁਹਾਨੂੰ ਕਿਵੇਂ ਲੱਗੀ? ਬਹੁਤ ਵਧੀਆ ਲੱਗੀ ਜੀ, ਪਰਿਵਾਰ 'ਚ ਬੈਠ ਕੇ ਦੇਖਣ ਵਾਲੀ ਹੈ ਜੀ, ਤੇ ਜਿੱਦਾਂ ਦਿਖਾਇਆ ਗਿਆ ਸਭ ਨੂੰ ਉਦਾਂ ਹੀ ਕਰਨਾ ਚਾਹੀਦਾ ਜੀ, ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ। ਵਧੀਆ ਫਿਲਮ ਹੈ, ਬਹੁਤ ਵਧੀਆ, ਫੈਮਿਲੀ ਵਾਲੀ ਮੂਵੀ ਹੈ, ਮਤਲਬ ਦੇਖਣੀ ਚਾਹੀਦੀ ਸਾਰਿਆਂ ਨੂੰ, ਘੈਂਟ ਫਿਲਮ ਹੈ। ਤੁਸੀਂ ਆਪਣੀ ਫੈਮਿਲੀ ਨਾਲ ਆਏ ਹੋ? ਹਾਂਜੀ ਹਾਂਜੀ, ਫੈਮਿਲੀ ਨਾਲ ਆਏ ਜੀ। ਕਿਵੇਂ ਲੱਗੀ ਮੈਮ ਮੂਵੀ ਤੁਹਾਨੂੰ? ਤੁਹਾਨੂੰ ਕਿਵੇਂ ਲੱਗੀ ਆਂਟੀ? ਬਹੁਤ ਅੱਛੀ ਜੀ, ਬਹੁਤ। ਕਿਵੇਂ ਲੱਗੀ? ਵਧੀਆ ਸੀ, ਫੈਂਟਾਸਟਿਕ ਮੂਵੀ, ਬਹੁਤ ਵਧੀਆ ਸੀ, ਬਹੁਤ ਵਧੀਆ ਸੀ, ਬਹੁਤ ਹੀ ਜ਼ਿਆਦਾ ਸੋਹਣੀ ਸੀ, ਬਹੁਤ। ਕਿਵੇਂ ਲੱਗੀ? ਵਧੀਆ ਜੀ, ਵਧੀਆ ਸਰ। ਕਿਵੇਂ ਲੱਗੀ? ਬਸ ਬਹੁਤ ਵਧੀਆ ਜੀ, ਬਹੁਤ। ਬਹੁਤ ਵਧੀਆ, ਪਰਿਵਾਰ ਨਾਲ ਵੇਖਣ ਵਾਲੀ ਹੀ ਹੈ। ਤੁਸੀਂ ਜਦੋਂ ਮੂਵੀ ਦੇਖ ਰਹੇ ਸੀ, ਕਿੰਨੀ ਵਾਰ ਇਮੋਸ਼ਨਲ ਹੋਏ ਹੋ, ਔਰ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਕਿਹੜੀਆਂ ਚੀਜ਼ਾਂ ਸੀ ਉਹਦੇ ਵਿੱਚ? ਇਹ ਤਾਂ ਕੀ ਦੱਸਾਂ ਮੈਂ, ਲੇਕਿਨ ਔਨ ਦੀ ਹੋਲ ਬਹੁਤ ਅੱਛੀ ਸੀਗੀ ਅਰਦਾਸ ਉੱਥੇ ਜਦੋਂ ਹੋਈ। ਬਿਲਕੁਲ, ਐਦਾਂ ਲੱਗ ਰਿਹਾ ਸੀ ਕਿ ਤੁਸੀਂ ਹਜ਼ੂਰ ਸਾਹਿਬ ਪਹੁੰਚ ਗਏ। ਬਿਲਕੁਲ, ਹਾਂ ਬਿਲਕੁਲ ਲੱਗ ਰਿਹਾ ਸੀ, ਹਾਂ ਬਹੁਤ। ਮੈਂ ਤਾਂ ਇੱਕਦਮ ਵੀਡੀਓ ਬਣਾਈ ਫਟਾਫਟ ਕੇ ਆਪਣੇ ਬੱਚਿਆਂ ਨੂੰ ਭੇਜਾਂਗੀ। ਤੁਹਾਡੇ ਬੱਚੇ ਬਾਹਰ ਰਹਿੰਦੇ ਨੇ? ਆਸਟ੍ਰੇਲੀਆ, ਬੇਟੀਆਂ। ਮਤਲਬ ਇਹ ਵਰਲਡ ਵਾਈਡ ਵੀ ਚੱਲਣੀ ਹੈ ਮੂਵੀ, ਤੁਸੀਂ ਉਹਨਾਂ ਨੂੰ ਵੀ ਫਿਰ ਕਹੋਗੇ? ਬਿਲਕੁਲ ਕਹਾਂਗੀ, ਜ਼ਰੂਰ ਕਹਾਂਗੀ। ਕਿਹੜੀ ਮੂਵੀ ਦੇਖ ਕੇ ਆਣੀ ਹੈ? ਅਰਦਾਸ ਬੰਦੇ ਭਲੇ ਦੀ ਦਾ ਮੇਨ ਮੈਸੇਜ ਹੈ ਵੀ ਸਭ ਦਾ ਭਲਾ ਹੋਣਾ ਚਾਹੀਦਾ। ਇੱਕ ਫੈਮਿਲੀ ਮੂਵੀ ਹੈ, ਇਹ ਯਾਤਰਾ ਹਜ਼ੂਰ ਸਾਹਿਬ ਦੇ ਦਰਸ਼ਨ ਕਰਾਏ ਆ, ਜਿਹਦੇ ਵਿੱਚ ਸਾਰੇ ਜਿਹੜੇ ਫੈਮਿਲੀ ਮੈਂਬਰ ਜਾ ਰਹੇ ਸੀਗੇ, ਆਪਸ ਕੋਈ ਆਪਸ ਪੇਰੈਂਟਸ ਨਾਲ ਜਨਰੇਸ਼ਨ ਗੈਪ ਸੀਗਾ, ਉਹ ਆਪਸ ਜਾ ਕੇ ਡਿਸਕਸ ਕਰਦੇ ਇੱਕ ਦੂਜੇ ਦੇ ਨਾਲ, ਜਿਹੜਾ ਉਹ ਘਟਦਾ, ਫਿਰ ਗੁਰੂ ਘਰ ਜਾ ਕੇ ਇਹਨਾਂ ਨੂੰ ਹੋਰ ਬਹੁਤ ਬਖਸ਼ਿਸ਼ਾਂ ਹੁੰਦੀਆਂ, ਜਿਹਦੇ ਕਰਕੇ ਕੀ ਕਹਿੰਦੇ ਇਹ ਬਹੁਤ ਵੱਡਾ ਮੈਸੇਜ ਹੈ। ਇਸ ਤਰ੍ਹਾਂ ਦੀ ਮੂਵੀ ਬਣਨੀ ਚਾਹੀਦੀ ਹੈ ਜਿਹੜਾ ਕੀ ਕਹਿੰਦੇ ਆਪਸ ਫੈਮਿਲੀ ਆਪਸ ਜੁੜੇ। ਸੋ ਜਦੋਂ ਤੁਸੀਂ ਦੇਖ ਰਹੇ ਸੀ ਮੂਵੀ, ਅਰਦਾਸ ਵੀ ਹੋਈ ਸੀ, ਔਰ ਮੂਵੀ ਦੇ ਵਿੱਚ ਵੀ ਤੁਸੀਂ ਕਿੰਨਾ ਕੁ ਇਮੋਸ਼ਨਲ ਹੋਏ? ਬਹੁਤ, ਮੇਰੇ ਅੱਖਾਂ ਬਹੁਤ ਵਾਰੀ ਆਂਸੂ ਹੈ,
ਬਹੁਤ ਬਹੁਤ ਵਾਰੀ ਐਦਾਂ ਲੱਗਿਆ ਕਿ ਤੁਸੀਂ ਹਜ਼ੂਰ ਸਾਹਿਬ ਪਹੁੰਚ ਗਏ। ਹਾਂਜੀ ਬਿਲਕੁਲ, ਮੂਵੀ ਦੇਖੀ ਪਹਿਲਾਂ ਕਦੀ ਗਏ ਹੋ? ਹਾਂਜੀ ਕਿ ਸੋ ਮੈਨੂੰ ਲੱਗਦਾ ਕਿ ਮੂਵੀ ਨੇ ਫੇਰ ਦੁਬਾਰਾ ਤੋਂ ਦਰਸ਼ਨ। ਹਾਂਜੀ ਹਾਂਜੀ ਹਾਂਜੀ, ਬਲਕਿ ਪਿੱਛੇ ਕਈ ਵਾਰੀ ਸੋਚਦੇ ਵੀ ਆ ਰਿਟਾਇਰਮੈਂਟ ਤੋਂ ਬਾਅਦ ਵੀ ਮੌਕਾ ਨਹੀਂ ਮਿਲਿਆ, ਜਾ ਨਹੀਂ ਸਕੇ ਤੇ ਇੱਥੇ ਦਰਸ਼ਨ ਕਰਾਤੇ। ਪਿੱਛੇ ਜੇ ਮੈਂ ਮੈਸੇਜ ਵੀ ਪੜਿਆ ਸੀਗਾ ਵੀ ਹਜ਼ੂਰ ਸਾਹਿਬ ਯਾਤਰਾ ਜਾ ਰਹੀ, ਬੱਸ ਜਾ ਰਹੀ ਹੈ, ਤੇ ਮੈਂ ਮਿਸੀ ਨੂੰ ਮੈਂ ਕਿਹਾ ਹੁਣ ਅਸੀਂ ਵਿਹਲੇ ਹੋ ਗਏ ਆ, ਸਾਨੂੰ ਜਾਣਾ ਚਾਹੀਦਾ, ਤੇ ਉਹ ਟਰੈਵਲਿੰਗ ਕਰਕੇ ਉਹਦੇ ਕਰਕੇ ਬਸ ਮੈਂ ਇੱਥੇ ਆ ਕੇ ਦਰਸ਼ਨ ਕਰਕੇ ਤੁਹਾਨੂੰ ਬੋਲ। ਕੀ ਬਾਤ ਹੈ, ਮਤਲਬ ਤੁਹਾਨੂੰ ਲੱਗੇ ਕਿ ਤੁਸੀਂ ਹਜ਼ੂਰ ਸਾਹਿਬ ਪਹੁੰਚ? ਬਿਲਕੁਲ ਬਿਲਕੁਲ। ਸੋ ਗਿੱਪੀ ਗਰੇਵਾਲ ਜੀ ਨੇ ਕੀ ਕਹਿਣਾ? ਬਹੁਤ ਬਹੁਤ ਅੱਛੀ ਡਾਇਰੈਕਸ਼ਨ ਦਿੱਤੀ ਹੈ ਉਹਨਾਂ ਨੇ ਮੇਨ ਜਿਹੜਾ ਮੈਸੇਜ, ਜਿਹੜਾ ਪੇਰੈਂਟਸ, ਜਿਹੜਾ ਅਸੀਂ ਮਿਸਅੰਡਰਸਟੈਂਡਿੰਗ ਹੁੰਦੀ ਹੈ ਪੇਰੈਂਟਸ ਤੇ ਬੱਚਿਆਂ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਮਤਲਬ ਜਦੋਂ ਇਹ ਯਾਤਰਾ 'ਚ ਇਕੱਠੇ ਜਾਂਦੇ ਆ ਵੀ ਕਿਸ ਤਰ੍ਹਾਂ ਇਹ ਜਿਹੜਾ ਜਨਰੇਸ਼ਨ ਗੈਪ ਖਤਮ ਹੁੰਦਾ ਹੈ ਆਪਸ 'ਚ, ਆਪਣੇ ਧੀਆਂ ਦੇ ਨਾਲ ਕਿੰਨਾ ਇਮੋਸ਼ਨ, ਕਿੰਨਾ ਪਿਆਰ ਦਿਖਾਇਆ ਵੀ ਉਹ ਕਿਸ ਤਰ੍ਹਾਂ ਆਪਣੀ ਆਪਣੀ ਅਪਾਹਜ ਧੀ ਵਾਸਤੇ ਕਿੰਨਾ ਕੁਛ ਉਹ ਕਰਦੇ ਆ, ਲੇਕਿਨ ਉਹ ਬਾਅਦ 'ਚ ਆਖਰ ਉਹ ਆਪਣੇ ਆਪ ਨੂੰ ਪਛਤਾਵਾ ਹੁੰਦਾ, ਕਿਸ ਤਰ੍ਹਾਂ ਉਹਨੂੰ ਡੈਥ ਹੋ ਜਾਂਦੀ ਹੈ, ਉਹ ਜ਼ਹਿਰ ਦੇਣੀ ਪੈਂਦੀ ਹੈ, ਅਤੇ ਉਹ ਸਾਰੀ ਉਮਰ ਆਪਣੇ ਆਪ ਨੂੰ ਪਛਤਾਵਾ। ਇਸ ਤਰ੍ਹਾਂ ਹੀ ਘੁੱਗੀ ਜੀ ਦਾ ਵੀ ਦਿਖਾਇਆ ਵੀ ਉਹ ਵੀ ਕਿੰਨੇ ਮਤਲਬ ਆਪਣੇ ਜਨੂੰਨ ਦੇ ਵਿੱਚ, ਜੋਸ਼ ਦੇ ਵਿੱਚ ਕਰਦੇ ਅਤੇ ਬਾਅਦ 'ਚ ਉਹ ਸਾਰੀ ਉਮਰ ਰਿਲਾਈਜ਼ ਕਰਦੇ, ਲੇਕਿਨ ਹਜ਼ੂਰ ਸਾਹਿਬ ਜਾ ਕੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਉਹ ਗਿੱਪੀ ਗਰੇਵਾਲ ਦੱਸਦੇ ਵੀ ਹਾਂ ਵੀ ਤੂੰ ਵੀ ਬਾਬਾ ਜੀ ਕੋਲੋਂ ਮਾਫ਼ੀ ਮੰਗ, ਅਰਦਾਸ ਕਰ ਅਤੇ ਆਪਣਾ ਜੀਵਨ ਭੁੱਲਿਆ ਬਖਸ਼ੀ। ਸੋ ਮੈਮ, ਤੁਸੀਂ ਵੀ ਜਿਵੇਂ ਕਹਿ ਰਹੇ ਹੋ ਕਿ ਤੁਹਾਡੇ ਬੱਚੇ ਬਾਹਰ ਰਹਿੰਦੇ ਆ, ਤੁਹਾਨੂੰ ਵੀ ਇਸ ਫਿਲਮ ਨੂੰ ਦੇਖ ਕੇ ਕੁਛ ਸਿੱਖਣ ਨੂੰ ਮਿਲਿਆ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਜਨਰੇਸ਼ਨ ਗੈਪ ਜਾਂ ਜਿਹੜੇ ਕੋਈ ਬਾਹਰ ਚਲੇ ਜਾਂਦਾ ਹੈ ਕਾਫ਼ੀ ਕੁਛ ਚੇਂਜ ਹੋ ਜਾਂਦਾ ਸਮੇਂ ਦੇ ਅਕੋਰਡਿੰਗ? ਨਹੀਂ, ਸਾਡਾ ਤਾਂ ਫੈਮਿਲੀ ਸਿਸਟਮ ਇੰਨਾ ਦਾ ਹੈ, ਅਸੀਂ ਪੁੱਤਰਾਂ ਦਾ ਹੀ ਤਰ੍ਹਾਂ ਪਾਲਾ ਹੈ, ਹਰ ਰੋਜ਼ ਗੱਲ ਕਰਦੇ ਹਾਂ, ਉਹ ਕਰਦੇ ਹਾਂ, ਸਾਨੂੰ ਇਸ ਤਰ੍ਹਾਂ ਦੀ ਕੋਈ, ਸਾਡੇ ਬੱਚੇ ਸਾਡੇ ਮਤਲਬ ਜਾਨ ਤੋਂ ਵੀ ਵੱਧ ਪਿਆਰੇ, ਉਹ ਵੱਧ ਜਾਨ ਦਿੰਦੇ ਆ, ਕੋਈ ਵੀ ਗੱਲ ਹੈ ਬਹੁਤ ਜ਼ਿਆਦਾ ਅਟੈਚ ਹੈ ਸਾਡੇ ਨਾਲ, ਕੋਈ ਉਹ ਇਸ ਤਰ੍ਹਾਂ ਦੀ ਉਹ ਨਹੀਂ ਹੈ ਵੀ ਕੀ ਕਹਿੰਦੇ ਵੀ ਅਸੀਂ ਹੈ ਕੁਛ ਇਸ ਤਰ੍ਹਾਂ ਦਾ ਹੈ, ਮਤਲਬ ਕੋਈ ਇਸ ਤਰ੍ਹਾਂ ਦਾ ਹੈ ਹੀ ਨਹੀਂ ਹੈ ਵੀ ਕੀ ਕਹਿੰਦੇ ਵੀ ਕੋਈ ਮਿਸਅੰਡਰਸਟੈਂਡਿੰਗ ਜਾਂ ਕੁਛ ਹੈ, ਵੀ ਇੱਕ ਦੂਜੇ ਦੇ ਨਾਲ ਹਰ ਚੀਜ਼ ਸ਼ੇਅਰ ਕਰਦੇ ਆ, ਹਰ ਚੀਜ਼ ਆਪਸ ਕੋਈ ਐਸਾ ਹੈ ਅੱਛੀ ਬੇਟਾ ਖਾਸ ਮੈਸੇਜ ਹੈ ਜੋ ਇਹ ਨਵੀਂ ਜਨਰੇਸ਼ਨ ਜੋ ਵੱਡਿਆਂ ਦੇ ਪ੍ਰਤੀ ਕੱਟਦੀ ਜਾ ਰਹੀ ਹੈ ਮੋਬਾਈਲ ਕਾਰਨ, ਅੱਛੀ ਹੈ, ਠੀਕ ਹੈ, ਪਰਿਵਾਰ ਨਾਲ ਬੈਠ ਕੇ ਦੇਖ। ਹਾਂ ਹਾਂਜੀ ਹਾਂਜੀ ਹਾਂਜੀ, ਅੱਛੀ ਮੂਵੀ ਹੈ, ਬਹੁਤ ਐਕਸੀਲੈਂਟ। ਹਾਂਜੀ ਮੈਮ, ਇਸ ਟਾਈਮ ਬਹੁਤ ਇਮੋਸ਼ਨਲ ਆ ਮੈਂ, ਅਤੇ ਮੈਮ ਰਿਸ਼ਤਿਆਂ ਦੀ ਜੋ ਵੈਲਿਊ ਦੱਸੀ ਉਹਦੇ ਵਿੱਚ ਕਿ ਹਰ ਰਿਸ਼ਤਾ ਬਹੁਤ ਜ਼ਰੂਰੀ ਹੈ, ਇੰਪੋਰਟੈਂਟ, ਪੇਰੈਂਟਸ ਦੀ, ਬੱਚਿਆਂ ਦਾ ਫਰਜ਼ ਕੀ ਹੈ ਆਪਣੇ ਹਨਾ ਮਾਂ ਬਾਪ ਲਈ, ਸਾਰਾ ਕੁਛ ਮਤਲਬ ਕਿ ਅੱਜ ਕੱਲ੍ਹ ਜਨਰੇਸ਼ਨ ਦੇਖਣਾ ਚਾਹੀਦਾ ਹੈ। ਅਗਰ 5 out of 5 ਦਵਾਂਗੀ ਮੈਂ ਤਾਂ, ਬਹੁਤ ਵਧੀਆ, ਸੋਹਣੀ ਹੈ, ਸਾਰੇ ਇਮੋਸ਼ਨਲ ਤਾਂ ਸਾਰੀ ਸੀ, ਵੈਸੇ ਮਾਈਗ੍ਰੇਸ਼ਨ ਦੇ ਉੱਤੇ ਜਿਹੜਾ ਉਹਨਾਂ ਨੇ ਕਟਾਕਸ਼ ਕੀਤਾ ਉਹ ਬੜਾ ਚੰਗਾ ਲੱਗਾ ਕਿ ਵਾਪਸੀ ਹੋਣੀ ਚਾਹੀਦੀ ਹੈ, ਉਹ ਵੀ ਬਹੁਤ ਸੋਹਣੀ ਸੀ, ਸਾਰਿਆਂ ਵਾਸਤੇ ਸੋਹਣੇ ਸੰਦੇਸ਼ ਵਿੱਚ ਜਿਹੜੇ ਸੀਗੇ ਛੱਡੇ ਹੋਏ ਸੀ। ਹਾਂਜੀ ਹਾਂਜੀ ਬਿਲਕੁਲ, ਕਿਵੇਂ ਲੱਗਿਆ? ਹਾਂਜੀ ਹਾਂਜੀ ਬਹੁਤ ਵਧੀਆ ਸੀ। ਗੁਰਪ੍ਰੀਤ ਘੁੱਗੀ ਦੀ ਚੰਗੀ ਸੀਗੀ ਐਕਟਿੰਗ, ਬਾਕੀ ਵੀ ਆਰਟਿਸਟ ਠੀਕ ਸੀਗੇ। ਹਾਂਜੀ, ਬਹੁਤ ਚੰਗੀ ਲੱਗੀ, ਬਹੁਤ ਪਿਆਰੀ ਮੂਵੀ ਸੀ, ਇੱਦਾਂ ਦੀਆਂ ਕੋਸ਼ਿਸ਼ਾਂ ਜਾਰੀ ਰਹਿਣੀ ਚਾਹੀਦੀਆਂ। ਥੈਂਕ ਯੂ। ਕੀ ਗੇਨ ਕਰਕੇ ਆਏ? ਇਹੀ, ਸਹਿਜ ਰਹੋ, ਆਨੰਦ 'ਚ ਰਹੋ, ਮਹਾਰਾਜ ਦੀ ਰਜ਼ਾ ਵਿੱਚ ਰਹੋ, ਇਹੀ ਸਿੱਖਿਆ। ਸੋ ਮੇਰੇ ਤੋਂ ਤਾਂ ਗੱਲ ਹੋ ਨਹੀਂ ਪਾ ਰਹੀ ਕਿਉਂਕਿ ਜਦੋਂ ਮੈਂ ਦਰਸ਼ਕਾਂ ਤੋਂ ਰਿਵਿਊਜ਼ ਲਏ ਤਾਂ ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ ਕਿ ਅਸੀਂ ਫਿਲਮ ਦੇਖ ਕੇ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋਏ ਹਾਂ। ਜਿਹੜੇ ਕਹਿੰਦੇ ਨੇ ਕਿ ਅਸੀਂ ਹਜ਼ੂਰ ਸਾਹਿਬ ਨਹੀਂ ਜਾ ਪਾਏ, ਉਹ ਫਿਲਮ ਨੂੰ ਦੇਖ ਕੇ ਉੱਥੇ ਉਹਨਾਂ ਨੇ ਦਰਸ਼ਨ ਕਰ ਲਿਆ ਔਰ ਅਰਦਾਸ ਦੇ ਵਿੱਚ ਖੜ ਕੇ ਉਹ ਜਿਹੜਾ ਆਨੰਦ ਉਹਨਾਂ ਨੇ ਮਾਣਿਆ, ਉਹ ਸੋਚ ਵੀ ਨਹੀਂ ਸਕਦੇ ਸੀ ਕਿ ਅਰਦਾਸ ਸਰਬੱਤ ਦਾ ਭਲਾ ਫਿਲਮ ਦੇ ਵਿੱਚ
ਇਹ ਚੀਜ਼ ਹੋਏਗੀ। ਸੋ ਫਿਲਮ ਬਹੁਤ ਹੀ ਵਧੀਆ ਵਧੀਆ ਸੰਦੇਸ਼ ਦੇ ਰਹੀ ਹੈ, ਸਮਾਜ ਨੂੰ ਸੇਧ ਵੀ ਦੇ ਰਹੀ ਹੈ ਅਰਦਾਸ ਸਰਬੱਤ ਦਾ ਭਲੇ ਦੀ। ਸੋ ਗਿੱਪੀ ਗਰੇਵਾਲ ਜੀ ਦੀ ਜੇਕਰ ਗੱਲ ਕਰੀਏ, ਉਹ ਹਰ ਵਾਰ ਦੀ ਤਰ੍ਹਾਂ ਬਹੁਤ ਹੀ ਖੂਬਸੂਰਤ ਡਾਇਰੈਕਸ਼ਨ ਲੈ ਕੇ ਆਉਂਦੇ ਨੇ, ਬਹੁਤ ਹੀ ਵਧੀਆ ਫਿਲਮਾਂ ਜੋ ਕਿ ਸਾਡੇ ਸਮਾਜ ਨੂੰ ਸਹੀ ਸੇਧ ਦਿੰਦੀਆਂ ਨੇ, ਫਿਲਮਾਂ ਸਾਡੇ ਰੂਬਰੂ ਕਰਦੇ ਰਹਿੰਦੇ ਨੇ। ਸੋ ਵਧਾਈ ਦੇ ਪਾਤਰ ਨੇ ਗਿੱਪੀ ਗਰੇਵਾਲ ਜੀ। ਸੋ ਬਹੁਤ ਹੀ ਭਰਮਾ ਹੁੰਗਾਰਾ ਅਰਦਾਸ ਸਰਬੱਤ ਦਾ ਭਲਾ ਮੂਵੀ ਨੂੰ ਮਿਲ ਰਿਹਾ। ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਅਪੀਲ ਕਰਦੇ ਹਾਂ ਉਹਨਾਂ ਲੋਕਾਂ ਲਈ, ਉਹਨਾਂ ਪਰਿਵਾਰਾਂ ਨੂੰ, ਕਿ ਤੁਸੀਂ ਵੀ ਵੱਧ ਚੜ੍ਹ ਕੇ ਅਰਦਾਸ ਸਰਬੱਤ ਦਾ ਭਲਾ ਫਿਲਮ ਸਿਨੇਮਾ ਘਰਾਂ ਵਿੱਚ ਦੇਖਣਾ, ਔਰ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ।